लगातार तीन खेती कानूनों नूं रद्द करवाउण दी लड़ाई लड़ रहा है, पर दूजे पासे बीजेपी आगुआं वल्लों भद्दे बयान दित्ते जा रहे ने। बीजेपी आगू का एक बयान सामने आया जिस दे विचों कह रहा है कि जे मैं मोदी की जगह हुंदा तां हुण तक किसानों के डंडे मार मार के किसानों नूं जेलां च डक्या होना सी। पहला तुहानूं बयान सुना दिंदे आ जिहड़ा कि बीजेपी आगू हरमिंदर सिंह कालो वल्लों दित्ता गया है। मैं कहा वेख लो ताकि मर्जी आ, तुहाडा नाम ही ना। मैं कहा ये तो मोदी साहब बैठे आते जिहड़े तुहाडे नाल प्यार करी जांदे आ, जे मन चुंजी ना मेरे दिमाग रहा उत्ते बंदा बैठा है तो हुण तां इह ताडे मार मार के टांगा नाल जेलां च बंद कर दिंदा। इहनां दा हल इह ही है और अखीर यही करना पैना। आपां हुण भी मैं कहना आ मेरे वीर इत्थे बाहर बैठे आ, जदों असीं जॉइन कीते आ मैनू नहीं पता कि सज्जन का एक का फोन आ गया कालो साहब असीं गोहे की ट्राली भरी है। मैं क्या फिर बई अगे थोड़े मूहे अगे लाउण आउणा। मैं क्या वेलकम आ जाओ। मैं क्या एक काम करो अगे की जी, मैं क्या एक मंजी तो चिट्टी चादर ना लै आयो। जी वह कहदे लई? मैं क्या जिनी ट्राली लैके आना ना वो रोज मंजी से लम्मा पै के जाना। वह पै के भले मानसो तुसी स्टील दे बने आ तो मैं प्लास्टिक का बने आ। मैं क्या वेख लो ताकि मर्जी आ, ਉਹਦਾ ਨਾਂ ਨਹੀਂ ਨਾ। ਮੈਂ ਕਿਹਾ ਇਹ ਤਾਂ ਮੋਦੀ ਸਾਹਿਬ ਬੈਠੇ ਆ ਉੱਤੇ ਜਿਹੜੇ ਤੁਹਾਡੇ ਨਾਲ ਪਿਆਰ ਕਰੀ ਜਾਂਦੇ ਆ, ਜੇ ਬਦ ਚੁਰੰਜੀ ਨਾਲ ਮੇਰੇ ਦਿਮਾਗ ਰਿਹਾ ਉੱਤੇ ਬੰਦਾ ਬੈਠਾ ਹੈ ਤਾਂ ਹੁਣ ਤਾਂ ਇਹ ਤੁਹਾਡੇ ਮਾਰ ਮਾਰ ਕੇ ਟਾਂਗਾ ਨਾਲ ਜੇਲ੍ਹਾਂ 'ਚ ਬੰਦ ਕਰ ਦਿੰਦਾ। ਇਹਨਾਂ ਦਾ ਹੱਲ ਇਹ ਹੀ ਹੈ ਔਰ ਅਖੀਰ ਇਹੀ ਕਰਨਾ ਪੈਣਾ ਆਪਾਂ। ਹੁਣ ਵੀ ਮੈਂ ਕਹਿੰਦਾ ਆ ਮੇਰੇ ਵੀਰ ਇੱਥੇ ਬਾਹਰ ਬੈਠੇ ਆ, ਜਦੋਂ ਅਸੀਂ ਜੁਆਇਨ ਕੀਤੇ ਹਾਂ ਮੈਨੂੰ ਨਹੀਂ ਪਤਾ ਕਿ ਸੱਜਣ ਦਾ ਇੱਕ ਦਾ ਫੋਨ ਆ ਗਿਆ ਕਿ ਕਾਲੋ ਸਾਹਿਬ ਅਸੀਂ ਗੋਹੇ ਦੀ ਟਰਾਲੀ ਭਰੀ ਹੈ। ਮੈਂ ਕਿਹਾ ਫਿਰ ਬਈ ਅੱਗੇ ਤੁਹਾਡੇ ਮੂਹੇ ਅੱਗੇ ਲਾਉਣ ਆਉਣਾ। ਮੈਂ ਕਿਹਾ ਵੈਲਕਮ ਆ ਜਾਓ। ਮੈਂ ਕਿਹਾ ਇੱਕ ਕੰਮ ਕਰਿਓ ਅੱਗੇ ਕੀ ਜੀ, ਮੈਂ ਕਿਹਾ ਇੱਕ ਮੰਜੀ ਅਤੇ ਚਿੱਟੀ ਚਾਦਰ ਨਾਲ ਲੈ ਆਇਓ। ਉਹ ਕਹਿੰਦਾ ਜੀ ਉਹ ਕਾਹਦੇ ਲਈ? ਮੈਂ ਕਿਹਾ ਜਿੰਨੀ ਟਰਾਲੀ ਲੈ ਕੇ ਆਉਣਾ ਨਾ ਉਹ ਰੋਜ਼ ਮੰਜੀ 'ਤੇ ਲੰਮਾ ਪੈ ਕੇ ਜਾਣਾ। ਉਹ ਪੈ ਕੇ ਭਲੇ ਮਾਨਸੋ ਤੁਸੀਂ ਸਟੀਲ ਦੇ ਬਣੇ ਆ ਤੇ ਮੈਂ ਪਲਾਸਟਿਕ ਦਾ ਬਣਿਆ। ਬਿਆਨ ਸੁਣਿਆ ਹਰਮਿੰਦਰ ਸਿੰਘ ਕਾਲੋ ਦਾ ਜਿਸਨੇ ਕਿ ਕਿਸਾਨਾਂ 'ਤੇ ਨਿਸ਼ਾਨਾ ਸਾਧਿਆ ਹੈ ਕਿ ਜੇ ਮੋਦੀ ਦੀ ਜਗ੍ਹਾ ਮੈਂ ਹੁੰਦਾ ਤਾਂ ਹੁਣ ਤੱਕ ਕਿਸਾਨਾਂ ਦੇ ਡੰਡੇ ਮਾਰ ਮਾਰ ਕੇ ਕਿਸਾਨਾਂ ਨੂੰ ਜੇਲ੍ਹਾਂ 'ਚ ਡੱਕਿਆ ਹੋਣਾ ਸੀ। ਇਹ ਤਾਂ ਮੋਦੀ ਸਾਹਿਬ ਨੇ ਜਿਹੜੇ ਕਿ ਤੁਹਾਡੇ ਨਾਲ ਪਿਆਰ ਨਾਲ ਪੇਸ਼ ਆ ਰਹੇ ਨੇ, ਕਾਲੋ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ। ਉਸ ਤੋਂ ਇਲਾਵਾ ਕਿਸਾਨਾਂ ਦਾ ਮਜ਼ਾਕ ਉਡਾਉਂਦੇ ਹੋਏ ਵੀ ਹਰਮਿੰਦਰ ਸਿੰਘ ਕਾਲੋ ਨੇ ਕਿਹਾ ਕਿ ਮੈਨੂੰ ਕਿਸੇ ਕਿਸਾਨ ਦਾ ਫੋਨ ਆਇਆ ਸੀ ਜਿਹੜਾ ਕਹਿੰਦਾ ਸੀ ਮੈਂ ਤੁਹਾਡੇ ਘਰ ਗੋਹੇ ਦੀ ਟਰਾਲੀ ਸੁੱਟਾਂਗਾ, ਅਤੇ ਉਸਨੂੰ ਕਾਲੋ ਨੇ ਕੀ ਜਵਾਬ ਦਿੱਤਾ ਕਿ ਤੂੰ ਜਦੋਂ ਆਏ ਜਦੋਂ ਵੀ ਕਿਸਾਨ ਉਸਦੇ ਘਰ ਗੋਹੇ ਦੀ ਟਰਾਲੀ ਸੁੱਟਣ ਆਉਣਗੇ ਤਾਂ ਚਿੱਟੀ ਚਾਦਰ ਦੇ ਵਿੱਚ ਲਿਪਟ ਕੇ ਜਾਣਗੇ, ਮੰਜੇ 'ਤੇ ਲੰਮੇ ਪੈ ਪੈ ਕੇ ਜਾਣਗੇ। ਸੋ ਇਹ ਕਾਲੋ ਦੇ ਵੱਲੋਂ ਭੱਦੇ ਬਿਆਨ ਦਿੱਤੇ ਜਾ ਰਹੇ ਨੇ। ਸੋ ਕਿਸਾਨੀ ਅੰਦੋਲਨ ਸਿਖਰਾਂ 'ਤੇ ਹੈ, ਦਿੱਲੀ ਦੀਆਂ ਬਰੂਹਾਂ 'ਤੇ ਲਗਾਤਾਰ ਕਿਸਾਨ ਡਟੇ ਹੋਏ ਨੇ। ਬੀਜੇਪੀ ਦਾ ਦੇਸ਼ ਭਰ ਦੇ ਵਿੱਚ ਹੀ ਵਿਰੋਧ ਹੋ ਰਿਹਾ ਹੈ। ਕਿਸਾਨ ਜਿਹੜੇ ਨੇ ਬੀਜੇਪੀ ਆਗੂਆਂ ਨੂੰ ਪਿੰਡਾਂ 'ਚ ਨਹੀਂ ਵੜਨ ਦੇ ਰਹੇ, ਸ਼ਹਿਰਾਂ 'ਚ ਨਹੀਂ ਵੜਨ ਦੇ ਰਹੇ, ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ, ਅਤੇ ਦੂਜੇ ਪਾਸੇ ਬੀਜੇਪੀ ਆਗੂਆਂ ਦੇ ਅਜੇ ਭੱਦੇ ਬਿਆਨ ਸਾਹਮਣੇ ਆ ਰਹੇ ਨੇ, ਕਿਸਾਨਾਂ 'ਤੇ ਨਿਸ਼ਾਨੇ ਸਾਧਿਆ। ਇਹੀ ਕਿਹਾ ਹੈ ਕਾਲੋ ਨੇ ਕਿ ਜੇ ਮੋਦੀ ਦੀ ਜਗ੍ਹਾ ਮੈਂ ਹੁੰਦਾ ਤਾਂ ਕਿਸਾਨਾਂ ਦੇ ਡੰਡੇ ਮਾਰ ਮਾਰ ਕੇ ਕਿਸਾਨਾਂ ਨੂੰ ਹੁਣ ਤੱਕ ਜੇਲ੍ਹਾਂ ਦੇ ਵਿੱਚ ਡੱਕਿਆ ਹੋਣਾ ਸੀ। ਇੱਕ ਵਾਰ ਫਿਰ ਤੁਹਾਨੂੰ ਇਹ ਭੱਦਾ ਬਿਆਨ ਸੁਣਾ ਦਿੰਦੇ ਆ, ਕਿਸਾਨਾਂ 'ਤੇ ਹਮਲਾ ਕਰਦਿਆਂ ਕਾਲੋ ਨੇ ਕੀ ਕੁਝ ਕਿਹਾ। ਮੈਂ ਕਿਹਾ ਵੇਖ ਲਓ ਤੁਹਾਡੀ ਮਰਜ਼ੀ ਆ, ਉਹਦਾ ਨਾਂ ਹੀ ਨਾ। ਮੈਂ ਕਿਹਾ ਇਹ ਤਾਂ ਮੋਦੀ ਸਾਹਿਬ ਬੈਠੇ ਆ ਉੱਤੇ ਜਿਹੜੇ ਤੁਹਾਡੇ ਨਾਲ ਪਿਆਰ ਕਰੀ ਜਾਂਦੇ ਆ, ਜੇ ਬਦ ਚੁਰੰਜੀ ਨਾਲ ਮੇਰੇ ਦਿਮਾਗ ਰਿਹਾ ਉੱਤੇ ਬੰਦਾ ਬੈਠਾ ਹੈ ਤਾਂ ਹੁਣ ਤਾਂ ਇਹ ਤੁਹਾਡੇ ਮਾਰ ਮਾਰ ਕੇ ਟਾਂਗਾ ਨਾਲ ਜੇਲ੍ਹਾਂ 'ਚ ਬੰਦ ਕਰ ਦਿੰਦਾ। ਇਹਨਾਂ ਦਾ ਹੱਲ ਇਹ ਹੀ ਹੈ ਔਰ ਅਖੀਰ ਇਹੀ ਕਰਨਾ ਪੈਣਾ ਆਪਾਂ।
हूँ भी मैं कहना आप मेरे वीर इतने बाहर बैठे है जो अभी ज्वाइन किए हैं मैनू नहीं पता कि सज्जन का एक का फोन आ गया कहीं कालो साहब अभी गोहे की ट्राली भरी है मैं क्या फिर भाई अगे थोड़े मूहे अगे लाने आना मैं क्या वेलकम आ जाओ मैं क्या एक काम करो अगे की जी मैं क्या एक मंजी तो चिट्टी चादर ना लै आयो जी वो कहदे लई मैं क्या जिनी ट्राली लेके आना ना वो रोज मंजी से लम्मा पै के जाना भले मानसो तुसी स्टील दे बने हैं तो मैं प्लास्टिक का बने हैं